ਗੁਰੂ ਜੀ ਸਰਸਾ ਨਦੀ ਦੇ ਇਸ ਰੂਪ ਨੂੰ ਦੇਖ ਕੇ ਅਤੇ ਪਰਿਵਾਰ ਦੇ ਪਏ ਵਿਛੋੜੇ ਸਿੰਘਾਂ ਦੇ ਸ਼ਹੀਦ ਹੋਣ ਦੀ ਖਬਰ ਸੁਣ ਕੇ ਗੰਭੀਰ ਹੋ ਗਏ। ਇਤਿਹਾਸਕਾਰਾਂ ਅਨੁਸਾਰ ਗੁਰੂ ਜੀ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਨਿਕਲੇ, ਇਹ ਗੁਰੂ ਕੀ ਮਾਰੀ ਹੈ, ਇਸ ਨੂੰ ਪਾਣੀ ਦੀ ਹਮੇਸ਼ਾ ਘਾਟ ਰਹੇਗੀ। ਅੱਜ ਇਹ ਨਦੀ ਸੱਚਮੁੱਚ ਸੁੱਕੀ ਹੈ, ਜਿਸ ਨੂੰ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਇਹ ਆਪਣੀ ਬੁੱਕਲ 'ਚ ਥੋੜ੍ਹਾ ਜਿਹਾ ਪਾਣੀ ਲਈ ਆਪਣੀ ਹੋਣੀ 'ਤੇ ਪਛਤਾ ਰਹੀ ਹੈ।